ਗੁਰਦਾਸਪੁਰ ਦੇ ਦੀਨਾ ਨਗਰ ਦੇ ਵਿੱਚ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਪੰਜਾਬ ਰੋਡਵੇਜ਼ ਦੀ ਤੇ ਅਲਟੋ ਕਾਰ ਦੀ ਟੱਕਰ ਹੋਈ ਆ। ਟੱਕਰ ਇੰਨੀ ਭਿਆਨਕ ਹੁੰਦੀ ਆ ਕਿ ਪੰਜਾਬ ਰੋਡਵੇਜ਼ ਦੀ ਬੱਸ ਅਲਟੋ ਕਾਰ ਨੂੰ 500 ਗਜ਼ ਤੱਕ ਘੜੀਸਦੀ ਲੈ ਜਾਂਦੀ ਆ। ਤੁਹਾਨੂੰ ਪੂਰਾ ਮਾਮਲਾ ਵੀ ਦੱਸਾਂਗੇ। ਦਰਅਸਲ ਮਾਮਲਾ ਹੈ ਕਿ ਗੁਰਦਾਸਪੁਰ ਦੇ ਦੀਨਾ ਨਗਰ ਦੇ ਵਿੱਚ ਜੀਟੀ ਰੋਡ ਦੇ ਉੱਪਰ ਅਲਟੋ ਕਾਰ ਜਾ ਰਹੀ ਹੁੰਦੀ ਆ, ਪਰ ਪੰਜਾਬ ਰੋਡਵੇਜ਼ ਦੀ ਜੋ ਬੱਸ ਆ ਉਹ ਇੰਨੀ ਤੇਜ਼ ਸਪੀਡ ਦੇ ਨਾਲ ਆ ਰਹੀ ਹੁੰਦੀ ਆ, ਤੇਜ਼ ਗਤੀ ਦੇ ਨਾਲ ਆ ਰਹੀ ਹੁੰਦੀ ਆ ਕਿ ਡਰਾਈਵਰ ਤੋਂ ਕੰਟਰੋਲ ਨਹੀਂ ਹੁੰਦੀ ਤੇ ਅਲਟੋ ਕਾਰ ਦੇ ਵਿੱਚ ਜਾ ਕੇ ਵੱਜਦੀ ਆ ਤੇ ਇੰਨੀ ਸਪੀਡ ਦੇ ਨਾਲ ਵੱਜਦੀ ਆ ਕਿ 500 ਗਜ਼ ਤੱਕ ਉਸ ਅਲਟੋ ਕਾਰ ਨੂੰ ਘੜੀਸਦੀ ਲੈ ਜਾਂਦੀ ਆ। ਤਾਂ ਉਸ ਮੌਕੇ ਜੋ ਬੱਸ ਵਿੱਚ ਸਵਾਰ ਸਵਾਰੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਚੀਂਕ ਚਿਹਾੜਾ ਪਾ ਦਿੱਤਾ ਜਾਂਦਾ, ਤਾਂ ਉਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਬੱਸ ਰੋਕੀ ਜਾਂਦੀ ਆ। ਪਰ ਤੁਹਾਨੂੰ ਦੱਸ ਦਈਏ ਕਿ ਜੋ ਅਲਟੋ ਕਾਰ ਸੀ ਉਸਦੇ ਚਿਥੜੇ ਉਡਾ ਕੇ ਰੱਖ ਦਿੱਤੇ। ਉਸ ਅਲਟੋ ਕਾਰ ਦੇ ਵਿੱਚ ਇੱਕ ਮਾਂ ਪੁੱਤ ਮੌਜੂਦ ਸੀ ਜਿਸ ਵਿੱਚ ਕਿ ਮਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਜੋ ਬੇਟਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ। ਤਾਂ ਤੁਹਾਨੂੰ ਦੱਸ ਦਈਏ ਕਿ ਮਾਂ ਦਾ ਰਾਜਕੁਮਾਰੀ ਨਾਮ ਤੋਂ ਪਛਾਣ ਹੋਈ ਆ, ਬੇਟਾ ਅਮਨ ਕੁਮਾਰ ਸੀ, ਜਿਸ ਜੋ ਅਮਨ ਕੁਮਾਰ ਬੇਟਾ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤੇ ਅਲਟੋ ਕਾਰ ਦੇ ਵਿੱਚ ਫਸ ਜਾਂਦਾ। ਕਾਰ ਇਕੱਠੀ ਹੋ ਜਾਂਦੀ ਆ, ਚਿੱਬੀ ਹੋ ਜਾਂਦੀ ਆ, ਵਿੱਚ ਫਸ ਜਾਂਦਾ। ਪਰ ਉੱਥੇ ਤੁਹਾਨੂੰ ਦੱਸ ਦਈਏ ਕਿ ਜੋ ਰਾਜਕੁਮਾਰੀ ਉਸਦੀ ਮਾਂ ਸੀ ਉਸਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੀ ਪੁਲਿਸ ਨੂੰ ਮੌਕੇ ਤੇ ਸੂਚਨਾ ਮਿਲਦੀ ਆ, ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ, ਜਿਸ ਉਹ ਇਕੱਠੀ ਹੋਈ ਗੱਡੀ ਦੇ ਵਿੱਚ ਚਿੱਬੀ ਹੋਈ ਗੱਡੀ ਦੇ ਵਿੱਚ ਅਮਨ ਕੁਮਾਰ ਨਾਂ ਦਾ ਲੜਕਾ ਫਸ ਜਾਂਦਾ। ਉਸਨੂੰ ਪੁਲਿਸ ਪ੍ਰਸ਼ਾਸਨ ਦੁਆਰਾ ਆਸ ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਖਿੱਚ ਕੇ ਬਾਹਰ ਕੱਢਿਆ ਜਾਂਦਾ ਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਪਰ ਤੁਹਾਨੂੰ ਦੱਸ ਦਈਏ ਕਿ ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਰਾਜਕੁਮਾਰੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ, ਜੋ ਬੇਟਾ ਅਮਨ ਕੁਮਾਰ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ। ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ, ਮੌਕੇ ਤੇ ਐਂਬੂਲੈਂਸ ਵੀ ਪਹੁੰਚੀ ਜੋ ਕਿ ਅਮਨ ਕੁਮਾਰ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਲੈ ਕੇ ਜਾਂਦੀ ਹੈ। ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਸਾਰੀ ਜਾਂਚ ਕਰ ਰਿਹਾ ਕਿ ਰੋਡਵੇਜ਼ ਦਾ ਡਰਾਈਵਰ ਕਿੱਥੇ ਆ, ਕੀ ਉਸਦੀ ਗਲਤੀ ਸੀ ਜਿਸ ਦੇ ਕਾਰਨ ਕਿ 500 ਗਜ਼ ਤੱਕ ਅਲਟੋ ਕਾਰ ਨੂੰ ਘੜੀਸਦੀ ਹੋਈ ਪੰਜਾਬ ਰੋਡਵੇਜ਼ ਦੀ ਬੱਸ ਲੈ ਜਾਂਦੀ ਹੈ। ਹੁਣ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ, ਜਦ ਮੈਂ ਆ ਕੇ ਦੇਖਿਆ ਵਾ ਤੇ ਉਹ ਜਿਹੜੀ ਰੋਡਵੇਜ਼ ਦੀ ਕਾਰ ਆ, ਰੋਡਵੇਜ਼ ਦੀ ਬੱਸ ਆ ਤੇ ਇੱਕ ਅਲਟੋ ਕਾਰ ਆ, ਉਹਦਾ ਐਕਸੀਡੈਂਟ ਹੋਇਆ ਪਿਆ ਸੀ। ਮੁਲਾਜ਼ਮ ਮੌਕਾ ਕਰਨ ਤੇ ਪਾਇਆ ਗਿਆ ਕਿ ਇਹ ਜਿਹੜਾ ਕਾਰ ਵਾਲਾ ਆ ਇਹ ਪਿੱਛੇ ਦਾ ਰੋਡ ਸਾਈਡ ਐਕਸੀਡੈਂਟ ਹੋਇਆ ਤੇ ਜਿਹੜੀ ਬੱਸ ਵਾ ਤੇਜ਼ ਰਫ਼ਤਾਰ ਹੋਣ ਕਰਕੇ ਇਹਨੂੰ ਕਾਫੀ ਕੋਈ 500 ਗਜ਼ ਜਿਹੜੀ ਦੂਰੀ ਤੇ ਉਹ ਘਰੀਸ ਕੇ ਲੈ ਆਈ ਆ। ਜਿਹੜਾ ਪੇਸ਼ੈਂਟ ਜਿਹੜੀ ਆ ਲੇਡੀ ਵਿੱਚ ਰਾਜ ਰਾਣੀ ਆ ਤੇ ਜਿਹੜਾ ਕਾਰ ਨੂੰ ਡਰਾਈਵ ਕਰ ਰਿਹਾ ਸੀ ਉਹਦਾ ਨਾਂ ਅਮਨ ਕੁਮਾਰ ਆ, ਦੋਨੋਂ ਜਿਹੜੇ ਪਠਾਨਕੋਟ ਦੇ ਰਹਿਣ ਵਾਲੇ ਨੇ ਤੇ ਆਪਾਂ ਮੌਕੇ ਤੇ ਪਹੁੰਚ ਕੇ ਗੱਡੀ ਜਿਹੜੀ ਤੋੜ ਕੇ ਦੋਨਾਂ ਜਾਣਿਆਂ ਨੂੰ ਬਚਾਅ ਕਾਰਜਾਂ ਤਹਿਤ ਜਿਹੜਾ ਉਹਨਾਂ ਨੂੰ ਫਸਟ ਏਡ ਵਾਸਤੇ ਬਾਹਰੀ ਹਸਪਤਾਲ ਭੇਜਿਆ। ਬਾਕੀ ਐਂਬੂਲੈਂਸ ਜਿਹੜੀ 108 ਆ ਉਹਨੂੰ ਮੈਂ ਕਾਲ ਕੀਤੀ ਆ। ਵੱਧ ਤੋਂ ਵੱਧ ਜਿਹੜੇ ਲੋਕਾਂ ਦਾ ਵੀ ਬੜਾ ਸਹਿਯੋਗ ਆ ਸਾਰੇ, ਆਪਾਂ ਕਾਰ ਸਵਾਰ ਸੀ ਉਹਨਾਂ ਦੀ ਹਾਲਤ ਕੀ ਆ? ਕਾਰ ਸਵਾਰ ਜਿਹੜੇ ਦੋਨੋਂ ਜਿਹੜੇ ਸੀਰੀਅਸ ਹੈਗੇ ਨੇ, ਜਿਹੜੀਆਂ ਬੱਸ ਵਿੱਚ ਕੁਝ ਸਵਾਰੀਆਂ ਸੀਗੀਆਂ ਜ਼ਿਆਦਾ ਬ੍ਰੇਕ ਲੱਗਣ ਦੇ ਨਾਲ ਉਹਨਾਂ ਨੂੰ ਵੀ ਥੋੜੀ ਜਿਹੀਆਂ ਸੱਟਾਂ ਆਈਆਂ ਨੇ। ਬਾਕੀ ਆਪਾਂ ਮੌਕੇ ਦੇ ਉੱਤੇ ਉਹਨਾਂ ਦੀ ਜਿੰਨੀ ਫਸਟ ਏਡ ਹੈਗੀ ਆ ਵੱਧ ਤੋਂ ਵੱਧ ਉਹਨਾਂ ਨੂੰ ਮੁਹੱਈਆ ਕਰਾ ਰਹੇ ਹਾਂ ਆਪਾਂ, ਜਿਹੜੀਆਂ ਜਿਹੜੇ ਸੀਰੀਅਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਦੱਸਣ ਜਾ ਰਿਹਾ ਜਿਹੜੀ ਮਹਿਲਾ ਸੀ ਉਹਦੀ ਡੈਥ ਹੋ ਚੁੱਕੀ ਹੈ? ਬਸ ਜਦੋਂ ਅਜੇ ਤੱਕ ਸੀਰੀਅਸ ਸੀਗੀ ਉਹ ਜਦੋਂ ਅਸੀਂ ਭੇਜੀ ਹੈ, ਹੁਣ ਦੇਖ ਲੈਂਦੇ ਹਾਂ ਕੀ। ਡਰਾਈਵਰ ਸਰ, ਡਰਾਈਵਰ ਮੇਰੇ ਆਉਣ ਤੋਂ ਪਹਿਲਾਂ ਜਿਹੜਾ ਉਹ ਜਾ ਚੁੱਕਾ ਸੀਗਾ, ਉਹ ਨਹੀਂ ਮਿਲਿਆ, ਪਕੜ ਲੈਂਦੇ ਉਹਨੂੰ, ਫੜ ਲੈਂਦੇ।